ਕੈਪਟਨ ਸਰਕਾਰ ਦੁਆਰਾ ਸਕੂਲਾਂ ਵਿੱਚ ਨਵਾਂ ਫਰਨੀਚਰ ਅਤੇ ਖਸਤਾ ਹਾਲਤ ਬਿਲਡਿੰਗਾਂ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਨਵੇਂ ਅਧਿਆਪਕਾਂ 'ਚੋਂ 2500 ਦੇ ਕਰੀਬ ਅਧਿਆਪਕ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਭੇਜੇ ਜਾ ਰਹੇ ਹਨ ਤਾਂ ਜੋ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ। ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਦਾ। ਓਪੀ ਸੋਨੀ ਤਰਨ ਤਾਰਨ ਵਿਖੇ ਕਰਵਾਏ ਗਏ ਕਾਂਗਰਸ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਟੀਚਰ ਘੱਟ ਸੀ ਸਕੂਲਾਂ 'ਚ, ਅਸੀਂ ਪਿੱਛੇ ਅੰਮ੍ਰਿਤਸਰ 'ਚ ਅਪੁਆਇੰਟਮੈਂਟ ਲੈਟਰ ਦਿੱਤੇ ਸੀ, 3500 ਟੀਚਰ ਜਿਹੜਾ ਉਹ ਭਰਤੀ ਕੀਤਾ। ਸੋ ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦਿੱਤੇ ਨੇ, ਅਸੀਂ ਸਾਰੇ ਵਾਰਡ ਦੇ ਸਕੂਲਾਂ 'ਚ 75% ਜਿਹੜੇ ਟੀਚਰ ਉੱਥੇ ਭੇਜ ਰਹੇ ਹਾਂ। ਸੋ ਸਕੂਲਾਂ ਵਾਸਤੇ ਸਭ ਤੋਂ ਪਹਿਲਾਂ ਬੱਚਿਆਂ ਦੇ ਬੈਠਣ ਲਈ, ਬਿਲਡਿੰਗਾਂ ਲਈ, ਬੱਚਿਆਂ ਦੇ ਜਿਹੜੇ ਸਬਜੈਕਟ ਨੇ, ਜਿਹੜਾ ਅਸੀਂ ਵਾਅਦਾ ਕੀਤਾ ਸੀਗਾ, ਜਿੰਨੇ ਵੀ ਸਬਜੈਕਟ ਨੇ ਸਰਕਾਰ ਨੇ ਆਪਣੇ ਮੈਨੀਫੈਸਟੋ, ਅਸੀਂ ਬੱਚਿਆਂ ਨੂੰ ਬੁੱਕਸ ਵੀ ਜਿਹੜੀਆਂ ਉਹ ਬੱਚਿਆਂ ਨੂੰ ਫ੍ਰੀ ਦੇ ਰਹੇ ਹਾਂ। ਸੋ ਬੱਚਿਆਂ ਵਾਸਤੇ ਯੂਨੀਫਾਰਮ, ਬੱਚਿਆਂ ਦੀ ਖਾਣਾ, ਸਾਰਾ ਸਿਸਟਮ ਅਸੀਂ ਇੰਪਰੂਵ ਕਰ ਰਹੇ ਹਾਂ। ਸੋ ਸਕੂਲ ਜਿਹੜੇ ਨੇ ਸਾਡੇ ਸਰਕਾਰੀ ਸਕੂਲ ਜਿਹੜੇ ਨੇ, ਕਿਉਂਕਿ ਅੱਗੇ ਪਿੱਛੇ ਪ੍ਰਾਈਵੇਟ ਸਕੂਲਾਂ ਨੂੰ ਬੱਚੇ ਜਾਂਦੇ ਸੀ, ਹੁਣ ਸਾਡੇ ਸਰਕਾਰੀ ਸਕੂਲਾਂ 'ਚ ਬੱਚੇ ਆਉਣਗੇ, ਤੁਸੀਂ ਵੇਖਿਓ ਉਹ ਸਕੂਲ ਛੱਡ ਕੇ ਸਾਡੇ ਸਕੂਲਾਂ ਲਾਉਣਗੇ, ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦਾ ਦਾਵਾ ਕਰਦੇ ਆ। ਅਸੀਂ ਟੀਚਰ ਉਹਨਾਂ ਦਾ ਸਟੇਟ ਅਵਾਰਡ, ਨੈਸ਼ਨਲ ਅਵਾਰਡ ਮਿਲਦੇ ਆ, ਉਹਨਾਂ ਦੇ ਬੱਚੇ ਤਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਨਹੀਂ, ਨਿੱਜੀ ਸਕੂਲਾਂ 'ਚ ਪੜ੍ਹਨ ਦਾ ਹੈ। ਵੇਖੋ ਗੱਲ ਪਤਾ ਕੀ ਆ ਜੀ, ਬੱਚੇ ਜਿਹੜੇ ਆ ਨਾ ਜੀ, ਕੋਈ ਬੱਚਾ ਅਸੀਂ ਕਿਸੇ ਨੂੰ ਇਹ ਨਹੀਂ ਜਬਰਨ ਨਹੀਂ ਅਸੀਂ ਕਿਸੇ ਬੱਚੇ ਨੂੰ ਦਾਖਲ ਕਰਾ ਸਕਦੇ ਸਰਕਾਰੀ ਸਕੂਲਾਂ 'ਚ। ਜੇ ਸਕੂਲਾਂ ਦੀ ਐਜੂਕੇਸ਼ਨ ਠੀਕ ਹੋਊ ਸਾਡੇ ਸਰਕਾਰੀ ਸਕੂਲਾਂ ਦੀ, ਤਾਂ ਬੱਚੇ ਫਿਰ ਸਾਡੇ ਵੱਲ ਭੱਜਣਗੇ, ਚਾਹੇ ਉਹ ਡਿਮਾਂਡ ਦਿੰਦੇ ਜੇ ਫਿਰ ਉਹਨਾਂ ਦੇ ਬੱਚੇ ਹੀ ਕਿਉਂ ਦੂਜੇ ਸਕੂਲਾਂ 'ਚ ਪੜ੍ਹਨ? ਦੇਖੋ ਸਾਰੇ ਸਕੂਲ ਇੱਕ ਤਰ੍ਹਾਂ ਦੇ ਨਹੀਂ, ਹੁਣ ਕਈ ਵਾਰ ਸਰਕਾਰਾਂ ਨੂੰ ਵੀ ਕਮੀਆਂ ਪੇਸ਼ੀਆਂ ਆ ਜਾਂਦੀਆਂ। ਜਿਸ ਤਰ੍ਹਾਂ 10 ਸਾਲ ਮੈਂ ਕਿਸੇ ਦੀ ਗੱਲ ਨਹੀਂ ਕਰਨੀ, ਕਿਸੇ ਨੇ ਵੇਖਿਆ ਹੀ ਨਹੀਂ ਐਜੂਕੇਸ਼ਨ ਵੱਲ। ਸੋ ਬੱਚਿਆਂ ਨੇ ਫਿਰ ਛੱਡਣਾ ਹੀ ਆ, ਜਿੱਥੇ ਐਜੂਕੇਸ਼ਨ ਠੀਕ ਨਹੀਂ ਸਕੂਲਾਂ ਦੀ, ਬੱਚਿਆਂ ਨੇ ਛੱਡ ਕੇ ਜਾਣਾ ਹੀ ਆ। ਸੋ ਜੇ ਐਜੂਕੇਸ਼ਨ ਠੀਕ ਹੋਏਗੀ ਸਾਡੇ ਸਕੂਲਾਂ ਦੀ, ਤਾਂ ਬੱਚੇ ਦੁਬਾਰਾ ਸਾਡੇ ਸਕੂਲਾਂ 'ਚ ਆਉਣਗੇ। ਵੇਖੋ ਅਸੀਂ ਪੋਲਸੀਆਂ ਬਣਾ ਰਹੇ ਨੇ, ਅਸੀਂ ਠੀਕ ਕਰ ਰਹੇ ਹਾਂ ਸਿਸਟਮ ਸਾਰੇ ਨੂੰ, ਪੰਜਾਬ ਦੀ ਸਮੁੱਚੀ ਐਜੂਕੇਸ਼ਨ ਨੂੰ ਅਸੀਂ ਜਿਹੜਾ ਉਹ ਠੀਕ ਕਰ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਉਹ ਰਹਿਣ ਨਹੀਂ ਦਾਂਗੇ। ਹੁਣ ਜਿੱਥੋਂ ਤੱਕ ਸਕੂਲਾਂ ਦਾ ਸਵਾਲ ਹੈ, ਆਪ ਹੀ ਤੁਸੀਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ 'ਚ ਬੱਚੇ ਜਾਂਦੇ ਨੇ, ਹੁਣ ਸਕੂਲਾਂ ਵਾਸਤੇ ਪ੍ਰਾਈਵੇਟ ਜਿਹੜੇ ਨੇ ਉਹ ਕਿਸੇ ਨੂੰ ਕੰਪੈਲ ਨਹੀਂ ਕਰਦੇ ਵੀ ਇੰਨੀ ਫੀਸ ਤੁਸੀਂ ਅਸੀਂ ਲੈਣੀ ਆ। ਉਹ ਲੈਣਾ ਲੱਗ ਕੇ ਬੱਚੇ ਜਿਹੜੇ ਨੇ ਉੱਥੇ ਕਿਉਂ ਜਾਂਦੇ ਨੇ, ਉਹਨਾਂ ਦੇ ਪੇਰੈਂਟਸ ਕਿਉਂ ਭੇਜਦੇ ਨੇ ਸਾਡੇ ਸਕੂਲਾਂ 'ਚ? ਮੈਂ ਹੁਣ ਅੰਮ੍ਰਿਤਸਰ ਇੱਕ ਸਕੂਲ 'ਚ ਹੋ ਗਿਆ, ਉਹ ਸਾਰੇ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਸਕੂਲ ਹੈ, ਸ਼ਿਵਾਲੇ ਵਾਲਾ ਸਾਡਾ ਮਾਰਜ ਸਕੂਲਾਂ ਵਾਸਤੇ 5 ਕਰੋੜ ਬਾਰਡਰ ਦੇ ਸਕੂਲਾਂ ਵਾਸਤੇ 5 ਕਰੋੜ ਰੁਪਇਆ ਅਸੀਂ ਇਹਨਾਂ ਦੇ ਲਾਉਣਾ ਹੈ। ਸੋ 5 ਕਰੋੜ ਰੁਪਇਆ ਇਹਨਾਂ ਸਕੂਲਾਂ, ਸਾਡੀ ਆਪਣੀ ਸੀਐਮ ਸਾਹਿਬ ਦੀ ਸਾਡੀ ਸੋਚ ਹੈ ਕਿ ਅਸੀਂ ਬਾਰਡਰ ਦੇ ਸਕੂਲ ਜਿਹੜੇ ਨੇ, ਐਜੂਕੇਸ਼ਨ ਜਿਹੜੀ ਆ, ਦੇਖੋ ਐਜੂਕੇਸ਼ਨ ਜਿਹੜੀ ਆ ਉਹਦਾ ਅਸੀਂ ਮਿਆਰ ਉੱਚਾ ਚੁੱਕਣਾ, ਚਾਹੇ ਜਿੰਨਾ ਮਰਜ਼ੀ ਸੀਐਮ ਸਾਹਿਬ ਨੇ ਆਖਿਆ ਖਰਚ ਹੋ ਜਾਵੇ, ਮੈਂ ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦਿਆਂ, ਦੂਜੇ ਡਿਪਾਰਟਮੈਂਟਾਂ 'ਚ ਕੱਟ ਲਵਾਂ, ਐਜੂਕੇਸ਼ਨ ਅਤੇ ਹੈਲਥ ਨੂੰ ਅਸੀਂ ਅੱਗੇ ਲੈ ਕੇ ਜਾਣਾ। ਚਲੋ ਚਲੋ ਸਕੂਲਾਂ, ਸਕੂਲ ਦੇ ਟਾਈਮ 'ਤੇ, ਬੱਚਿਆਂ ਦੇ ਟਾਈਮ 'ਤੇ ਕਿਸੇ ਟੀਚਰ ਨੂੰ ਮਿਲਿਆ ਨਹੀਂ ਜਾਊਗਾ ਆਪਣੇ ਸਕੂਲ 'ਚ ਰਹਿਣ। ਅਸੀਂ ਉਹ ਸਿਸਟਮ ਕਰਤਾ ਹਾਜ਼ਰੀ ਵਾਲਾ ਵੀ, ਅੰਗੂਠੇ ਨਾਲ ਹਾਜ਼ਰੀ ਲੱਗਦੀ, ਹਰ ਸਕੂਲ 'ਚ ਮਸ਼ੀਨਾਂ ਭੇਜਦੀਆਂ ਵੀ ਇਹਨਾਂ ਦੀ ਹਾਜ਼ਰੀ ਲਾਓ। ਸੋ ਗੱਲ ਇਹ ਹਾਜ਼ਰੀ ਲੱਗਦੀ ਆ, ਮੈਂ ਫਿਰ ਉਹ ਗੱਲ ਕਹਿੰਦਾ ਕਿ ਜਿਹੜਾ ਟੀਚਰ, ਜਿਹੜੀ ਯੂਨੀਅਨ ਸਕੂਲ ਦੇ ਟਾਈਮ 'ਤੇ ਕੋਈ ਐਜੀਟੇਸ਼ਨ ਕਰੇਗੀ, ਉਹ 'ਤੇ ਐਕਸ਼ਨ ਜ਼ਰੂਰ ਕਰਾਂਗੇ, ਜੋ ਕਾਨੂੰਨ ਦੇ ਮੁਤਾਬਕ ਸਜ਼ਾ ਦੇਣੀ ਪਊਗੀ ਉਹ ਜ਼ਰੂਰ ਦਿਆਂਗੇ। ਹਾਂ, ਸਕੂਲ ਟਾਈਮ ਤੋਂ ਬਾਅਦ ਜੋ ਮਰਜ਼ੀ ਕਰ ਸਕਦੇ ਆ, ਉਹ 'ਤੇ ਹਰ ਇੱਕ ਬੰਦੇ ਦਾ ਆਪਣਾ ਰਾਈਟ ਹੈ। ਓਕੇ।